ٹھیک ہے، رب اشرح لی صدری بیسر، صلی اللہ محمد و آل محمد، پردہ غفلت کا نگاہوں سے ہٹا دے یا رب، شاہ جی مجلس پاک ایک دعا تو شروع کیتی ہے، تسا دعا میرے نال منگسو تا جگڑے سارے مٹ ویسن، پردہ غفلت کا نگاہوں سے ہٹا دے یا رب، جگہ دے وہ بزرگاں نی پمڑ دے، بسم اللہ صلوات اچھی آواز نال بادشاہ دی، بسم اللہ کریں گے، توجہ ہے جی، سارے بزرگاں بھائیاں دی اجازت ہے جو میں ذکر پاک کراں جی، پردہ غفلت کا نگاہوں سے ہٹا دے یا رب، جلوہ اب یوسف زہرا کا دکھا دے یا رب، باسام کو حیدر کرار کی نصرت کے لیے ہر عزادار کو مختار بنا دے یا رب، کوئی دیر لگ دی کوئی نہیں، کوئی نعرہ مراب ہوئے نا تو کوشش کیتی کرو رال کے بلا انہیں جیو، واہ واہ، سپورٹ لائے کے پڑھنا لا میں ذاکر کوئی نہیں، گھرو سامان لائے کے میں آیا کدھی نہیں، جیڑے بندے مولائیو تو آڈے نال میری گالے ذاکر میں ہر کسی دا ساجہ جیاں، جائیں حسین نال دو نمبری کیتی ہے، بھامے ذاکر ہے بھامے مومن ہے بھامے وہ سید ہے بھامے امتی ہے، نہ اس دی کوئی یہ دنیا ہے نہ اگلی دنیا ہے، آئیو جیاں سترہ تے بولے کرو، مار ونجنے جوک فنا ہے قبر دیاں چھیاں کتنا جو میرے کل تو سا کوئی نہیں ہونا، جو میرے تپاک علی سوال کرے نا جو حسین نال کریں دارے ہیں دو نمبری ہونتا ان بدینہ دا سید صدا یا کوفے دا قصائی صدا، میرے کل جواب ہی کوئی نہیں، میری ذاکری صاف شفاف جائیے تو آٹے سامنے شیشے وانگے، کوئی کسی دی سپورٹ نہیں، سپورٹ ہے تو پنجا بارہ چودہ دیئے جنان دی سپورٹ جیڑے ذاکر نال انان دی ہوئے کائنات جو اس بندے دا نقصان کر کوئی نہیں سکتا،
ਉਹਦਾ ਟੈਨਸ਼ਨ ਲਵਣੀ ਕੋਈ ਨਹੀਂ, ਪਰਦਾ ਗਫਲਤ ਕਾ ਨਿਗਾਹੋਂ ਸੇ ਹਟਾ ਦੇ ਯਾ ਰੱਬ, ਜਲਵਾ ਵੀ ਯੂਸਫ ਜ਼ਹਰਾ ਕਾ ਦਿਖਾ ਦੇ ਯਾ ਰੱਬ, ਬਸ ਹਮ ਕੋ ਹੈਦਰ ਇਕਰਾਰ ਕੀ ਨੁਸਰਤ ਕੇ ਲੀਏ, ਹਰ ਅਜ਼ਾਦਾਰ ਕੋ ਮੁਖਤਾਰ ਬਣਾ ਦੇ ਯਾ ਰੱਬ, ਅਗਲੀ ਸਤਰ ਪਿਆਦਾ ਤੂੰ ਆ ਨਹੀਂ ਰਹਾ, ਤੇਰੀ ਮਰਜ਼ੀ ਸਹੀ ਆ, ਹਮ ਆਸ਼ਕੋ ਕਾ ਕਾਫਲਾ ਸਲਾਰ ਭੇਜ ਦੇ, ਕੂਫਾ ਬਣੀ ਹੋਈ ਹੈ ਮੇਰੇ ਦੇਸ਼ ਕੀ ਜ਼ਮੀਨ, ਤਲਵਾਰ ਦੇ ਕੇ ਫਿਰ ਕੋਈ ਮੁਖਤਾਰ ਭੇਜ ਦੇ, ਬਣ ਨਹੀਂ ਗਈ ਜੰਨਤ। ਬਹੁਤ ਮਿਹਰਬਾਨ, ਬਿਸਮਿਲ੍ਲਾ ਕਰਾ, ਜ਼ਿੰਦਗੀ ਹੋਵੀ ਸਈਆ ਦਾਦਾ ਵੀਰ ਹੋ ਤੇ ਤੂੰ ਹੁਣ ਤਸ਼ਰੀਫ ਲਾਇਆ ਹੋ। ਮੈਂ ਇੱਕ ਸਤਰ ਇਸੇ ਮੌਜੂਦ ਚ ਵਧਾਂਦਾ ਪਿਆ, ਜੋ ਯਾਰਾ ਬਸਕਰੀ ਕਾ ਆਕਾਸ ਭੇਜ ਦੇ, ਅਲ ਹਮਦ ਭੇਜੀ ਆਈ ਤੇ ਵਨਾਸ ਭੇਜ ਦੇ, ਬਈਅਤ ਦਾ ਮੁੜ ਖਿਆਲ ਏ ਜ਼ੇ ਨੇ ਯਜ਼ੀਦ ਵਿੱਚ, ਮਾਜੀ ਨੂੰ ਅਜੇ ਦੇਰ ਏ ਤੇ ਅਬਾਸ ਭੇਜ ਦੇ, ਬਿਸਮਿਲ੍ਲਾ ਕਰ। ਨੌਕਰ ਭਾਈ, ਨੌਕਰ ਤੁਹਾਡਾ, ਬਿਸਮਿਲ੍ਲਾ ਕਰ ਸਹੀ। ਬਹੁਤ ਮਿਹਰਬਾਨ, ਚਾਚਾ ਹੱਥ ਨਹੀਂ ਜੋੜਨੇ, ਹੁਕਮ ਵਾਜਬ ਏ, ਤੂੰ ਪਿਓ ਦੀ ਜਾਂ। ਯਾ ਰੱਬ ਅਸਕਰੀ ਕਾ ਆਕਾਸ ਭੇਜ ਦੇ, ਅਲ ਹਮਦ ਭੇਜੀ ਆਈ ਤਵਨਾਸ ਭੇਜ ਦੇ, ਬਈਅਤ ਦਾ ਮੁੜ ਖਿਆਲ ਇਸੇ ਨੇ ਯਜ਼ੀਦ ਵਿੱਚ, ਮਾਦੀ ਨੂੰ ਅਜੇ ਦੇ ਰਹੇ ਅਬਾਸ ਭੇਜ ਦੇ ਜੀ। ਬਿਸਮਿਲ੍ਲਾ ਕਰਾ ਚਾਚਾ ਜੀ, ਤੋਤੂ ਦਾ ਮਲੰਗ ਹੋ ਤੇ ਮਲੰਗ ਆ ਨਾ ਮਿਜ਼ਾਜ ਦਾ ਮੈਂ ਇਨਸਾਨ ਆ, ਮਲੰਗ ਜੇ ਪਿਓ ਦਾ ਪੁੱਤਰ ਆ, ਬੰਗੀ ਮਲੰਗ ਦਾ ਨਹੀਂ ਮੁਤਕੀ ਮਲੰਗ ਦਾ ਪੁੱਤਰ ਆ। ਹਰ ਮਲੰਗ ਨੂੰ ਮੈਂ ਸਲਾਮ ਕਰੇ ਨਾ, ਅਸੀਂ 15-16-24-20-35-40 ਹਜ਼ਾਰ ਲੈ ਕੇ ਮਜਲਸ ਫੜਦੇ ਹਾਂ ਤੇ ਅੱਗੋਂ ਪੂਰੀ ਸੈਚੁਏਸ਼ਨ ਪੂਰਾ ਐਡਰੈਸ ਜ਼ਾਕਰਾਂ ਕੋਲੋਂ ਪੁੱਛੀਂਦਾ, ਜੋ ਤੂੰ ਇਸ ਡੇਟ ਤੇ ਫਲਾਂ ਜਾ ਪੜਦਾ ਪਏ, ਉਹਦੇ ਚ ਮੁੜ ਜ਼ਰਬ ਤਕਸੀਮ ਦਿਵੀਂਦੀ ਹੈ, ਜੋ ਗੱਡੀ ਦਾ ਤੇਲ ਕਿਤਣਾ ਹੈ। ਸੋ ਹੱਕ ਦੀ ਯਾਰ ਗੱਲ ਘਰ ਦੀ ਵੀ ਹੋਵੇ ਤੇ ਕਰਨੀ ਚਾਹੀਦੀ ਹੈ, ਸੋਦੀਆਂ ਦਾ ਖਰਚਾ ਕਿਤਣਾ ਹੈ, ਕਾਈ ਸ਼ਾਇ ਬਚਦੀ ਹੋਵੇ ਬਾਬਾ ਜੀ ਤੇ ਮਜਲਸ ਲਿਖਦੇ ਹੈ। ਇਹ ਕੌਮ ਇੰਜਦੀ ਹੈ, ਇਹਨਾਂ ਦਰਵਾਜ਼ਾ ਪੁੱਛੀ ਕਦੀ ਨਹੀਂ ਦਸਤਕ ਦੇ ਕੇ ਆਦੇ, ਨਜ਼ਰ ਅੱਲਾ ਨਿਆਜ਼ੇ ਹੁਸੈਨ ਹਯਾ ਤੇ ਵਾਜਬੇ, ਇਹਨਾਂ ਦਾ ਹਯਾ ਵਾਜਬੇ। ਮਲਾਂਗਿਨ ਤੇ ਮੈਂ ਹਰ ਮਲਾਂਗ ਨੂੰ ਸਲਾਮ ਕਰਦਾ, ਭਾਈ ਜਾਨ ਇਹ ਨਾ ਇਸ ਦਰਵਾਜ਼ੇ ਨੂੰ ਬੰਦ ਕਰ ਛੁੜੇ ਲਾਦੇ ਵਾਸਤੇ ਜਿਤਨੀ ਦੇਰ ਮੈਂ ਪੜਾ, ਮਿਹਰਬਾਨੀ ਜਨਾਬ। ਅੱਛਾ ਮਲੰਗਾਂ ਦਾ ਹਯਾ ਕਰੇ ਨਾ, ਹਰ ਬਜ਼ੁਰਗ ਭਾਈ ਆਪਣੇ ਮੋਹਤਰਮ ਨੂੰ ਇੱਕ ਮਸ਼ਵਰਾ ਦੇਣਾ, ਜੋ ਦਿਲ ਦਰਿਆ ਸਮੁੰਦਰ ਵੀ ਹੁੰਦੇ ਨੇ, ਕਈ ਗਮ ਦਿਲਾਂ ਦੇ ਅੰਦਰ ਵੀ ਹੁੰਦੇ ਨੇ, ਮਲੰਗਾਂ ਨੂੰ ਨੀਵੀਂ ਨਜ਼ਰ ਕਰਨਾ, ਵੇਖੀ ਮਲੰਗਾਂ ਦੇ ਅੰਦਰ ਕਲੰਦਰ ਵੀ ਹੋ। ਸ਼ਾਬਾਸ਼ ਸ਼ਾਬਾਸ਼, ਬਿਸਮਿਲ੍ਲਾ ਕਰਾ ਜੀ। ਸੈਯਦਾਦਾ ਦਿਮਾਗ ਚ ਅਗਲੀ ਸਤਰ ਦਾ ਮਲੰਗ ਕਿਵੇਂ ਖੇਡਦਾ ਹੈ,
ਸਾਡੀਆਂ ਵਿਕਟਾਂ ਤਰੇ ਆਖੋ ਬਣੀ ਤੇਰੀ ਵਿਕਟ ਇੱਕ ਸਾਡੀਆਂ ਤਰੇ ਤੇਰੀ ਇੱਕ ਮਲਾਂਗਾ ਦਾ ਸੱਚ ਪੁੱਛਦਾ ਇੱਕ ਰੱਖੀ ਨਤਰੀ ਵਾਸਤੇ ਜੀਵੇ ਰਜੋਆ ਸੈਦਾ ਦਾ ਜੀਵੇ ਰਜੋਆ ਸੈਦਾ ਦਾ ਅਲਾਵੀ ਬਿਸਮਿਲਾ ਕਰਾ ਬਿਸਮਿਲਾ ਕਰਾ ਇੱਕ ਰੱਖੀ ਈ ਨਤਰੀ ਵਾਸਤੇ ਮਲੰਗ ਸਾਈ ਖੇਡਣ ਦਾ ਜਿਵੇਂ ਹੈਦਰੀ ਅੱਲਾ ਉਹਨੇ ਜੀ ਬਿਸਮਿਲਾ ਕਰਾ ਸਾਡੀਆਂ ਤਰੇ ਤੇਰੀ ਮਲਾਂਗਾ ਦੇ ਸੱਚੀ ਪੁੱਛਦੇ ਹੋ ਹੇਕ ਮੈਂ ਰੱਖੀ ਇਨਾ ਤਰੀ ਵਾਸਤੇ ਮਲੰਗ ਕੋ ਤੇਰੇ ਖੇਡਣ ਦਾ ਤਰੀਕਾ ਜੀ ਵੇ ਮਲਾਂਗਾ ਦਾ ਇੰਜ ਦਾ ਤੁਹਾਨ ਵੱਲ ਹੀ ਨਾ ਸੀ ਮੁਨਾਫਕ ਨੂੰ ਵਿਕਟਾਂ ਤੇ ਧੱਕੇ ਮਰੇ ਨਾ ਲਾਨਤ ਦੇ ਉਵਰ ਤੇ ਉਵਰ ਕਰੇ ਨਾ ਏ ਮੁਨਕਰ ਅਲੀ ਦਾ ਜਿਹੜਾ ਵੀ ਉਕੂ ਤਬਰੇ ਦੇ ਚੌਕੇ ਤੇ ਛੱਕੇ ਮਰੇ ਅੱਲਾ ਉਹਨੇ ਜੀ ਮੈਂ ਨੌਕਰ ਚਾਚਾ ਨੌਕਰ ਵੀ ਦੋ ਸ਼ਬਾਨ ਜ਼ਫਰ ਹਾਜ਼ਰ ਹੋ ਸਾਂ ਅਗਲੀਆਂ ਮਾਫੀਆਂ ਇਨਸ਼ਾਅੱਲਾ ਉਸ ਦਾ ਬਾਨੀ ਆ ਮੈਂ ਠੀਕ ਹੈ ਹੁਕਮੇ ਤੇ ਹੁਕਮ ਦੀ ਤਾਮੀਲ ਏ ਰਜੋਏ ਸੈਦਾ ਉਹ ਕਸੀਦਾ ਕਾਫੀ ਮਿਹਰਬਾਨਾ ਮੈਨੂੰ ਇੱਜ਼ਤ ਦਿੱਤੀ ਏ ਕਸੀਦਾ ਤਕਰੀਬਨ ਮੈਂ ਦੋ ਚਾਰ ਵਾਰੀ ਉਹ ਪੜ੍ਹਿਆ ਬਾਦਸ਼ਾਹਾਂ ਦੀ ਬਾਰਗਾਹ 'ਚ ਅਤੇ ਕਸੀਦਾ ਕਬੂਲ ਹੋਏ ਚਲੋ ਮੈਂ ਗੁਜ਼ਾਰਾ ਕਰ ਵੰਜਾ ਅੱਜ ਕੋਈ ਮੈਨੂੰ ਬਿਰਾਹ ਦਾ ਹੁਕਮ ਕਿਸੇ ਮੇਰੀ ਬਹਿਣ ਦੇ ਜੋ ਕਸੀਦਾ ਪੜ੍ਹੋ ਅਤੇ ਬਹਿਣਾ ਨੂੰ ਮਾਣ ਹੁੰਦੇ ਨੇ ਬਿਰਾਵਾਂ 'ਤੇ ਅਤੇ ਜੇ ਬਹਿਣ ਮੇਰੀ ਹੁਕਮ ਕੀਤਾ ਹੈ ਅਤੇ ਮੈਂ ਜੀ ਤਾਮੀਲ ਕਰਿਆ ਅਤੇ ਤੁਸਾਂ ਜ਼ੇਹਨ ਇੰਝ ਬਣਾਵਣਾ ਜੋ ਕਸੀਦਾ ਮੈਂ ਅੱਜ ਸ਼ੁਰੂ ਕੀਤਾ ਹੈ ਤੇ ਅੱਜ ਹੀ ਤੁਸੀਂ ਸੁਣਦੇ ਪਏ ਹੋ ਜੀ ਹਾਂ ਜੀ ਸਜਦਾ ਕੀਏ ਬਗੈਰ ਦਰਵਾਜ਼ਾ ਹੁਸੈਨ ਪੇ ਸਜਦਾ ਕੀਏ ਬਗੈਰ ਦਰਵਾਜ਼ਾ ਹੁਸੈਨ ਪੇ ਸਜਦਾ ਕੀਏ ਬਗੈਰ ਦਰਵਾਜ਼ਾ ਹੁਸੈਨ ਪੇ ਸਜਦਾ ਦਰਿਆ ਵਿੱਚ ਪਰਿੰਦੇ ਹਵਾ ਵਿੱਚ ਅਰਸ਼ੇ ਉਲਾਵੇ ਰਸੂਲ ਗਦੀਰ ਦੇ ਸਹਿਰਾ ਵਿੱਚ ਮੇਰੇ ਜੋਏ ਸੈਦਾਂ ਦੇ ਬਾਹਰ ਗਾਜ ਪਿਆ ਦਾ ਸਜਦਾ ਕੀਏ ਬਗੈਰ ਹੁਸੈਨ ਸਜਦਾ ਕੀਏ ਸੈਦ ਜ਼ਿੰਦਗੀ ਹੋ ਗਈ ਜਿਹੜਾ ਚਾਹ ਦੇ ਕੱਪ ਉੱਤੋਂ ਦਰਜਣ ਮਾਲਟਿਆਂ ਦਾ ਖਾਂਦਾ ਹੈ ਉਹਦੀ ਸੋਚ ਕਸੀਦਾ ਕੋਈ ਨਹੀਂ ਆਉਣਾ ਅੱਛਾ ਸਵਾਲ ਕਰੋ ਕੀ ਹੁੰਦਾ ਹੈ ਸਜਦਾ ਕੀ ਹੈ ਬਗੈਰ ਸਜਦਾ ਕੀਏ ਬਗੈਰ ਬੰਦਾ ਨਹੀਂ ਵਲੀ ਕੋਈ ਐਸਾ ਕੀਏ ਬਗੈਰ ਅੱਛਾ ਰਬਤ ਨਾ ਟੁੱਟੇ ਸਜਦਾ ਕੀਏ ਬਗੈਰ ਬੰਦਾ ਨਹੀਂ ਵਲੀ ਕੋਈ ਐਸਾ ਕੀਏ ਬਗੈਰ ਮੌਤ ਨਾ ਆਈਦੇ ਹੁਣੇ ਮੈਂ ਚੱਲਾਂ ਬਲੱਡ ਘੱਟ ਵੱਜਣਾ ਹੈ ਲੇਕਿਨ ਬਲੱਡ ਘੱਟੇ ਤੇ ਤਾਂ ਵੀ ਮਰਨਾ ਹੈ ਆਓ ਸੈਯਦ ਆਦਾ ਮੈਂ ਬਿਸਮਿਲਾ ਕਰਾਂ ਹੁਣ ਮੈਂ ਮਿੰਨਤ ਕਰੇ ਸਾਂ
ਇਦੂ ਕਿਹਦੇ ਮੂੰਹ ਮਣ ਆਵਣਾ ਹੈ, ਯਾ ਕਹਿ ਮੇਰੇ ਜ਼ਾਕਰ ਵੀਰਾ ਆਵਣਾ ਹੈ, ਮੇਨਾ ਜ਼ਾਕਰ ਕਰੇ ਤੇ ਚਾਚਾ ਵੇਖਣਾ ਉਸਲੂ ਏ, ਮੌਤ ਨਾ ਇੰਜ ਦੇ, ਮੌਤ ਦਾ ਨਾਂ ਲਵੀਏ ਬਲੱਡ ਘੱਟ ਵੈਂਦਾ ਹੈ, ਪਰ ਮੈਂ ਮੌਤ ਇਹੋ ਜਿਹੀ ਦੱਸਾਂ ਤੁਹਾਡਾ ਮਰਨ ਤੇ ਦਿਲ ਕਰੇ, ਜਿਹੜੇ ਆਸ਼ਕ ਬੈਠੇ ਹੋ ਤੁਹਾਡਾ ਮਰਨ ਤੇ ਦਿਲ ਕਰੇ, ਜਦਾਂ ਬੰਦਾ ਮਰਦਾ ਏ ਉਸਦੇ ਘਰ ਵਾਲਿਆ ਦਿਨ ਲਾਲਾ ਮਈਅਤ ਰੱਖੋ, ਫਲਾਂ ਰਿਸ਼ਤੇਦਾਰ ਆਵਣ ਵਾਲੇ, ਫਲਾਂ ਸੰਗਤੀ ਆਵਣ ਵਾਲੇ, ਮੈਂ ਆਪਣੀ ਤਰਫੋ ਹਰ ਆਪਣੇ ਜਾਣਨ ਵਾਲੇ ਨੂੰ, ਹਰ ਬਜ਼ੁਰਗ ਨੂੰ, ਹਰ ਵੀਰਾਨ ਮਿੰਨਤ ਕਰਕੇ ਮੈਂ ਪਿਆ ਦਾਂ ਬਿਸਮਿਲਾ ਕਰਾ ਜੀ, ਬਿਸਮਿਲਾ ਕਰ ਜੀ, ਬਿਸਮਿਲਾ ਕਰਾ, ਸਜਦਾ ਕੀ ਏ ਬਗੈਰ ਬੰਤਾ ਨਹੀਂ ਵਲੀ ਕੋਈ, ਐਸਾ ਕੀ ਏ ਬਗੈਰ ਐਲਾਨ ਕਰਕੇ ਮੈਂ ਪਿਆ ਦਾਂ ਤਫਨਾ ਇੰਤਜ਼ਾਰ ਕਿਸੀ ਕਾ ਕੀਏ ਬਗੈਰ, ਪੂਰੀ ਤਵੱਜੋ ਤੇ ਮੈਂ ਪਿਆ ਦਾਂ ਇੰਤਜ਼ਾਰ ਕਿਸੀ ਕਾ ਕੀਏ ਬਗੈਰ, ਭਰੋਸਾ ਕੀਏ ਬਗੈਰ ਤੇ ਪੂਰੀ ਤਵੱਜੋ ਮੈਂ ਪਿਆ ਦਾਂ ਸਦੀਆਂ ਸੇ ਕੇ ਬਾਤ ਪੈ ਹੈ ਇੰਤਜ਼ਾਰ ਕਿਸੀ ਕਾ ਅਬਾਸ ਵੋ ਜਰੀ ਹੈ ਜੋ ਮੈਦਾਨ ਜੰਗ ਮੇ ਲੜਤਾ ਹੈ ਬਾਜ਼ੂ ਪੇ, ਭਰੋਸਾ ਕੀਏ ਬਗੈਰ, ਤੌਬਾ ਕੀਏ ਬਗੈਰ, ਅੱਛਾ ਪੂਰੀ ਤਵੱਜੋ ਤੇ ਮੈਂ ਪਿਆ ਦਾਂ ਅੱਲਾਹ ਕੋ ਨਹੀਂ ਹੈ ਜਤਾਬਾ ਕਭੀ ਕਬੂਲ, ਅੱਲਾਹ ਕੋ ਨਹੀਂ ਹੁਸੈਨ ਦੇ ਨਾਂ ਤੇ ਤਾਬਾ ਕਭੀ ਕਬੂਲ, ਜ਼ਹਿਰਾ ਕੇ ਦੁਸ਼ਮਨਾ ਪੇ ਤਬਰਾ ਕੀਏ ਬਗੈਰ, ਬਹੁਤ ਮਿਹਰਬਾਨੀ ਬਹੁਤ ਮਿਹਰਬਾਨੀ, ਸਲਾਮ ਰਜੋ ਇਹਨੂੰ, ਬਿਸਮਿਲਾ ਕਰ ਸੈਯਦ ਜੀਵੇਂ ਜੀਓ ਪਏ, ਅੱਲਾਹ ਅਕਬਰ ਜੀਓ ਪਏ, ਸੈਯਦਾਦਾ ਸਲਾਮ ਹੈ ਤੁਹਾਡੀ ਅਜ਼ਮਤ ਨੂੰ, ਜਿਹੜੇ ਸ਼ੇਰ ਵਾਸਤੇ ਹੁਕਮ ਹੋਏ, ਜਿਹੜੇ ਸ਼ੇਰ ਵਾਸਤੇ ਹੁਕਮ ਹੋਏ, ਹੁਕਮ ਦੀ ਤਾਮੀਲ ਲਈ ਸ਼ੇਰ ਕਸੀਦਾ ਸ਼ੁਰੂ ਕੀਤਾ ਹੈ, ਅੱਛਾ ਪੂਰੀ ਤਵੱਜੋ, ਤਬਰਾ ਕੀਏ ਬਗੈਰ, ਹਮਲਾ ਭਰੋਸਾ ਸਜਦਾ ਕੀਏ ਬਗੈਰ, ਅੱਛਾ ਪੂਰੀ ਤਵੱਜੋ,
منڈی کامو کی رات دہ بجے پوری جہان دی ٹھہلائی پہلے چلیے اور رجوئے وچ وی بندے اتفاق کیتا ہے جو اسا اکھی نال ویکھے مینوں پتہ کوئی نہیں کیڑے ٹائم میں شیر شروع کیتا ہے کتنی دیر تائیں لاہور دے پنڈا والے شیر سنے اچھا پوری توجہ تے نظر میں کرنی کوئی نہیں تے میں پیادا نالا کے سر جھکے تبسم کے سامنے کمال ہو گئی بہت مہربانی سلام ہے تینوں بہت مہربانی سید امی ہو بھی سیدادہ انشاءاللہ تو دعا کرے سو پوری توجہ جی تبرہ کیے بغیر بھروسہ کیے بغیر اچھا پوری توجہ تو میں پیادا نالا کے سر جھکے ہیں تبسم کے سامنے نالا کے سر جھکے تبسم کے سامنے اسگر نے جنگ جی بہت مہربانی سید دادا نوکرا ویر دا جی بسم اللہ کرا سلامے بسم اللہ کرا بھائی جان پوری توجہ جی بسم اللہ کرا میں نوکرا جی بسم اللہ بسم اللہ میں نوکرا جی اوترے کمال ہو گئی میں بسم اللہ کرا بڑا دور تو انعام آئے تے باوے را نیتا ہے میرے پیو دی جائے پیو لٹر مارے وہ بھی انعام ہوندا ہے دیندے نو مولا چوکھا دے وے امام حسین وسط رکھے حرکت بڑی سونی ہے جی میں بسم اللہ کرا جی میں بسم اللہ کرا ماں حسین دی کسے دا محتاج نہ کرے جی اوپے زندگی ہوئے اے پاک دارا دے چین گھلے بے اکے شاہ مشرق این گھلے انان دے آتا بہانہ بڑے اصل اچ مولا حسین گھلے میں بسم اللہ کرا آؤ بسم اللہ کرا اللہ وستہ رکھے شبیر دے بینک دی برانچ کھول گئی ہے حرکت بڑی سونی ہے جیڑی میرے بھائیاں کیتی ہے کسے اوری بندے دا وی دل ہوے آئے حرکت کر لوے ساڈے لو پابندی کوئی نہیں جے کوئی حرکت نہیں کر سکدا نہ بول لڑائے لے لوے تے بول پوے اچھا پوری توجہ جیت میں پیا دا نالا کے سر جھکے تبسم کے سامنے نالا کے سر جھکے سامنے اصغر نے جنگ جیت لی ہم لا کیے بغیر بسم اللہ کرا جی بسم اللہ کرا اللہ انہیں جی بہت مہربانی میں دنیا دس اللہ واسطہ رکھے جی بسم اللہ کرا جی میں نو کرا جی بابا جی میں نو کرا اچھا جی بھروسہ کیے بغیر بنتا نہیں ولی کوئی ایسا کیے بغیر اچھا پوری توجہ تو میں پیا دا نالا کے سر جھکے تبسم کے سامنے اسگر نے جنگ جیت لی ہم لا کیے بغیر بہت مہربانی سید آدھا بچے تو آڈے زندگی ہوئے میں شیر چھوڑے نہ پیا لیکن ہون میرے تو واجب ہو گیا ہے چھوٹا جیا بچہ ہے بے کونہ شیعہ دے بچے ماما نادی علی پڑھ کے لوریاں دیتیاں اناندہ ایمان کیے ساکب بھرا میرے نالو چنگا شہریں ماں حسین دی کسی دا موتاج نہ کری شیعہ دا بچے تے میں سوال کیتا ہے ہون سوال نہیں دسنا جو تواڈی سماعت دی توہین ہے جواب دسنا ہے اور اس دے جواب وچ میرا سوال شامل ہو سی میں سوال کیتے آدھے انکل گلشن شہزاد بتلاتا ہوں اصل میں ماجرا کیا ہے میں آکھے بچہ دیر نہ کرتے میں نو آدھا ہے آشور والا دن یہ مجھے ماں کا حکم تھا آشور والا دن یہ مجھے ماں کا حکم
بہت مہربان. دنیا نو ڈسا رتبہ حسین دا کیویں دنیا حسین دا کیویں دنیا نو ڈسا رتبہ حسین دا کیویں دنیا نو ڈسا. جیڑا ترائی شبان دنیا تے آوے تے اللہ دے ملائکاں پر مل دے نے کیویں دنیا نو ڈسا رتبہ حسین دا کیویں دنیا نو ڈسا. رعایت نہیں میں انصاف منگنا ہے جے تو دا انصاف کرو رتبہ حسین دا سانی کوئی نہیں جان سارا چین دا. بہت مہربانی بہت مہربانی جی بسم اللہ کرا. اچھا پوری توجہ اگلی سانی بھی سننی ہے. سانی کوئی نہیں جان سارا چین دا سانی کوئی نہیں جان سارا چین دا ساری اللہ دی اللہ حسین دا. ہاتھ بلند میں پڑھو قرآن. بہت مہربانی بسم اللہ کرا. ہاتھ ہو گئی رجویا لو میں بسم اللہ کرا جی او پے زندگی ہوے لو جی او پے. بہت مہربانی. اچھا جی فتوا نہ لاو ایک شیر پڑھی جا من. اچھا پوری توجہ جیڑا ہاتھ سلامت ہوئے نا تو بلند ہوئے وہ ہاتھ ماتمی الکے وے تو شبیر دی مجلس سے بڑا سونا لگ دے. سانی کوئی نہیں جہان تے زارا دے چیندہ ساری دنیا اللہ دی اللہ حسین دا ملان دی آکھ چاک پا کے اعلان کر کے میں پیدا ہوں بغل حسین دا رکھ کے کفر دی پوڑی نہ چڑیا کہے سارچا میں حسین دلول جنانو میں ککنا سڑی آکھ سربر بڑھدار آئے گھوڑا حسین سلام. جی کرا جی بسم اللہ کرے نوکر سید آؤ بسم اللہ کرا بسم اللہ کرا میں نوکر جی نعرہ تکبیر نعرہ رسالت اوئے ہور ڈری ہو یار اج چک لو شام پہ چلی گئی ہائے ہائے کرا میں شیر اگلے پڑھ دینا تو حق ادا کیتا ہے. اچھا یو جی ملان دی آنکھ چاک پا کیا دام بغل حسین دا رکھ کے کفر دی پوڑی نہ چڑیا کہے بغل حسین دا رکھ کے کفر دی پوڑی نہ چڑیا کہے پاک حسین دل جنانو بیک گنا چڑیا کر سرور بڑھدار آئے گھوڑا حسین. آہ
ਜਿਹੜਾ ਮਾਰੇ ਮੁਸਲਮਾਨਾਂ ਅਲੀ ਦੇ ਪੁੱਤਰਾਂ ਨੂੰ ਬੜਾ ਮਾਰਿਆ ਰਜੋਇਆ ਲਿਓ ਮੁਸਲਮਾਨਾਂ ਅਲੀ ਦੀਆਂ ਦੀਆਂ ਨੂੰ ਸੈਦ ਬਾਨੀ ਮਜਲਸੇ ਮੇਰਾ ਵੀਰ ਹੈ ਮੈਂ ਹੱਥ ਜੋੜੀ ਖਲਾ ਔਰ ਅਸੀਂ ਅੱਜ ਆਏ ਮੋਮਨ ਤੇਰੇ ਕੋਲ ਅੱਜ ਆਏ ਮੁਹੰਮਦ ਦੀ ਦੀਪ ਇੱਕ ਰਾਤ ਪਹਿਲੇ ਦੀ ਤੇਰੀ ਮਹਿਮਾਨ ਹੈ ਦੁਆਵਾਂ ਦਿੰਦੀ ਪਈ ਏ ਜੋ ਮੇਰੇ ਪੁੱਤਰ ਦੀ ਸਫ਼ੇ ਮਾਤਮ ਵਿਛਾਵਣ ਆਲਾ ਸ਼ਾਲਾ ਕਦੀ ਨਾ ਰੋਵੇ ਸੈਦ ਪਿੰਡਾਲ ਵਾਸਤੇ ਇੱਕ ਲਫ਼ਜ਼ ਕਾਫੀ ਏ ਮੈਂ ਆਖੇ ਬੜਾ ਮਾਰੇ ਮੁਸਲਮਾਨਾਂ ਅਲੀ ਦੀਆਂ ਧੀਆਂ ਨੂੰ ਪਿਛਲੇ ਆਂਦਿਆਂ ਚ ਇੱਕ ਮਕਾਮ ਤੇ ਮੈਂ ਭਾਈ ਆ ਲਫ਼ਜ਼ ਆਖਿਆ ਇੱਕ ਨੌਜਵਾਨ ਮਜਮੇ ਝੂਠੇ ਮੈਂ ਇਹਨਾਂ ਦੇ ਗੁਲਸ਼ਨ ਸ਼ਾਹ ਲੁਕਾ ਨਹੀਂ ਸੈਦ ਹੈ ਇਹਨਾਂ ਦਾ ਕਿਵੇਂ ਕਰਕੇ ਮਾਰਿਆ ਨੇ ਰਜੋਇਆ ਲਿਓ ਮੈਂ ਹੁਣ ਹੱਥ ਜੋੜੀ ਖਲਾ ਦਿਲ ਦੁਖੇ ਮੈਂ ਮਾਫ ਕਰਨਾ ਹੈ ਮੈਂ ਆਖਿਆ ਮੈਂ ਤੇਰਾ ਜਜ਼ਬਾਤ ਨਹੀਂ ਸਮਝਿਆ ਮਾਤਮ ਕਰਕੇ ਆਦਾ ਅਲੀ ਦੀਆਂ ਪੁੱਤਰਾਂ ਦੇ ਨਾ ਹੱਥ ਕੱਟ ਕੇ ਮਾਰਿਆ ਹੈ ਅਲੀ ਦੀਆਂ ਦੀਆਂ ਦੇ ਨਾ ਹੱਥ ਬੰਨ ਕੇ ਮਾਰੇ ਉਹ ਨਾ ਥੱਕਣ ਵਾਲੀ ਕੌਮ ਉਹ ਨਾ ਥੱਕਣ ਵਾਲੀ ਕੌਮ ਬਿਸਮਿਲਾ ਕਰਾਂ ਬਿਸਮਿਲਾ ਕਰਾਂ ਜੀ ਮੈਂ ਨੌਕਰਾ ਉਹ ਜਵਾਨ ਤੂੰ ਬਹਿਣਾ ਨਸੀਬ ਹੋਵੇਂ ਅਲੀ ਦਿਆਂ ਪੁੱਤਰਾਂ ਦੇ ਨਾ ਹੱਥ ਕੱਟ ਕੇ ਮਾਰਿਆ ਅਲੀ ਦੀਆਂ ਧੀਆਂ ਦੇ ਨਾ ਹੱਥ ਬੰਨ ਕੇ ਮਾਰਿਆ ਮੇਰੇ ਤੋਂ ਬਾਅਦ ਪੜਨ ਵਾਲਾ ਮੇਰਾ ਵੱਡਾ ਵੀਰ ਏ ਮੋਹਸਨ ਸ਼ਾਹ ਮਾਂ ਹੁਸੈਨ ਦੀ ਕਿਸੇ ਦਾ ਮੁਹਤਾਜ ਨਾ ਕਰੇ ਇਸ ਕਬੂਲ ਮਜਲਸ ਵਿੱਚ ਮੈਂ ਦੁਆ ਪਿਆ ਮੰਗਣਾ ਮੌਲਾ ਭਾਈ ਨੂੰ ਹਯਾਤੀ ਵਾਲਾ ਪੁੱਤਰ ਦੇਵੇ ਇੱਕ ਲਫ਼ਜ਼ ਮੈਂ ਹੋਰ ਤੁਹਾਡੇ ਹਵਾਲੇ ਕਰਾਂ ਮੇਰਾ ਲਫ਼ਜ਼ ਨਹੀਂ ਬਾਬਾ ਜੀ ਲਿਆਕਤ ਸੰਬੰਧ ਆਉਣੇ ਵਾਲੇ ਦੀ ਮੌਲਾ ਜ਼ਿੰਦਗੀ ਦਰਾਜ਼ ਕਰੇ ਪੜਦਾ ਪਿਆ ਇਤਬੇ ਤਾਜ ਸ਼ਰੂਨ ਹੈ ਅੱਲਾ ਜਾਣੇ ਮੂਮਨ ਕਿਹੜਾ ਜਿਹਦੇ ਮੂੰਹ ਚੋਂ ਹਾਏ ਨਾ ਨਿਕਲੇ ਅਲੀ ਅਕਬਰ ਪੜਦਾ ਪਿਆ ਬੇਤਾਜ ਸ਼ਰੂਨ ਹੈ ਰੋ ਕਿਆ ਦੇ ਮੈਨੂੰ ਸਮਝ ਨਹੀਂ ਆਉਂਦੀ ਜਿਹੜੇ ਘਰ ਦੇ ਬੱਚੇ ਬੁਰਕਿਆਂ ਪੱਲੇ ਉਸ ਘਰ ਦੀਆਂ ਬਹਿਣਾ ਸ਼ਾਮ ਕਿਵੇਂ ਗਈਆਂ ਅੱਲਾ ਮਾਨ ਅੱਲਾ ਮਾਨ ਅੱਲਾ ਮਾਨ ਅੱਲਾ ਬਾਨੀ ਮਜਲਸ ਸੈਯਦ ਹੈ ਮੇਰਾ ਵੀਰੇ ਰੋ ਰੋ ਕਿਆ ਦਾ ਜਿਹੜੇ ਘਰ ਦੇ ਬੱਚੇ ਬੁਰਕਿਆਂ ਪੱਲੇ ਉਸ ਘਰ ਦੀਆਂ ਬਹਿਣਾ ਸ਼ਾਮ ਕਿਵੇਂ ਗਈਆਂ ਜੀ ਮੈਂ ਨੌਕਰਾਂ ਜਿਹੜੇ ਘਰ ਦੇ ਸੈਯਦਾਦਾ ਬੱਚੇ ਬੁਰਕਿਆਂ ਪੱਲੇ ਉਸ ਘਰ ਦੀਆਂ ਦੀਆਂ ਤੇ ਬਹਿਣਾ ਸ਼ਾਮ ਕਿਵੇਂ ਗਈਆਂ ਲੰਬੜ ਨਾ ਕਰਾਂ ਮੁਕਾ ਛੋੜਾਂ ਇੱਕ ਬਹਿਣ ਤੁਹਾਡੇ ਹਵਾਲੇ ਕਰਾਂ ਦੁੱਖਾਂ ਦਾ ਇੱਕ ਵਹਿਣ ਲਿਖੇ ਤੁਹਾਡੇ ਹਵਾਲੇ ਕਰਾਂ ਬਤੂਲੋ ਮਜ਼ਲੂਮ ਹੈ ਅਯਾਮਿਨ ਬੀਬੀ ਦੇ ਤੂੰ ਕੋਸ਼ਿਸ਼ ਕਰੀ ਉੱਚਾ ਰੋਵਣ ਦੀ ਜ਼ਰੂਰੀ ਨਹੀਂ ਮੈਂ ਬੀਬੀ ਦੀ ਸ਼ਹਾਦਤ ਪੜਾਂ ਮੈਂ ਇੱਕ ਦੋ ਦੁੱਖ ਪੜਨੇ ਨੇ ਤੇ ਦੁੱਖ ਇਹ ਮੁਹੰਮਦ ਦੀ ਧੀ ਦਾ ਹਿੱਕਾ ਕਾਫੀ ਏ ਜਿੱਥੇ ਬੰਦਾ ਹੀ ਨਾ ਪਿਓ ਬਸ ਮੈਂ ਇਸ਼ਾਰਾ ਕਰੇ ਸਾਂ ਜੇ ਪਹੁੰਚ ਵਨਿਓ ਉਹ ਤੇ ਮੇਰਾ ਵੀਰੋਂ ਕੋਈ ਹੋਰ ਬੈਠਾ ਹੈ ਖੜੀ ਇਤਨਾ ਨਾ ਦਾਈ ਦੇ ਮੋਢੇ ਤੇ ਹੱਥ ਰੱਖ ਕੇ ਆਦੀ ਉਹਨ ਦਸ ਮੈਂ ਥੱਕ ਪਈਆਂ ਅੱਲਾ ਮਾਨ ਅੱਲਾ ਮਾਨ ਅੱਲਾ ਮਾਨ ਅੱਲਾ ਮਾਨ ਅੱਲਾ ਮਾਨ ਅੱਲਾ ਸੈਦ ਜੋ ਹੈ ਕੁਰਸੀ ਵਾਲੇ ਨੂੰ ਦੱਸ ਮੈਂ ਥੱਕ ਪਈਆਂ ਸੈਦਾ ਦਾ ਨਕੀ ਸ਼ਾਹ ਪੂਰਾ ਮਜਮਾ ਆਏ ਮੈਂ ਕਰਬਲਾ ਦਾ ਜ਼ਵਾਰ ਆ ਸੈਦਾ ਤੁਹਾਡਾ ਮਹਿਮਾਨ ਆ ਮੈਂ ਹੱਥ ਜੋੜੀ ਖਲਾ ਉਹ ਮੈਂ ਕੋਈ ਮਤਲਬ ਵਟਾਵਣ ਨਹੀਂ ਆਇਆ ਤੂੰ ਸ਼ੀਆ ਹੈ ਤੇ ਸ਼ੀਆ ਰਹੋ ਸੁੰਨੀ ਹੈ ਤੇ ਸੁੰਨੀ ਰਹੋ ਮੈਨੇ ਗੱਲ ਦਾ ਜਵਾਬ ਹੁਸੈਨ ਦੇ ਨਾਂ ਤੇ ਦੇ ਰਜੋਏ ਕੋਈ ਬੀਬੀ ਮਰ ਜਾਵੇ ਬੀਬੀ ਜੇ ਮਰੇ ਇੱਕ ਕਬਰਾਂ ਕਿਤਣੀਆਂ ਸਾਰੇ ਬੋਲੋ ਸੁੰਨੀ ਵੀ ਬੋਲੋ ਕਬਰਾਂ ਇੱਕ ਬੀਬੀ ਮਰੇ ਇੱਕ ਤੇ ਕਫਨ ਇੱਕ ਲਾਇਆ ਕੁਰਾਨ ਮਸਜਿਦ ਚੋ ਮੇਰੇ ਸਰ ਤੇ ਰਾਖ ਸੈਯਦਾ ਦਾ ਬਤੂਲੋ ਮਜ਼ਲੂਮ ਹੈ ਸਾਤ ਕਫਨ ਅਲੀ ਦਿੱਤੇ ਨਾ ਉਹ ਰਜੋਇਆ ਲਿਓ ਪਹਿਲਾ ਕਫਨ ਦਿੱਤਾ ਹੈ ਫਿਰ ਦੀ ਜਾਈ ਦੂਜਾ ਦੇ ਪਹਿਲੇ ਦਾ ਰੰਗ ਤਬਦੀਲ ਹੋ ਗਿਆ ਅੱਲਾ ਮਾਨ ਅੱਲਾ ਮਾਨ ਅੱਲਾ ਮਾਨ ਅੱਲਾ ਮਾਨ ਜਵਾਨੀ ਉਹ ਵੀ 40 ਕਬਰ ਅਲੀ ਬਣਾਈਏ 40 ਕਬਰ ਸੈਯਦਾ ਦਾ ਤੂੰ ਆਪ ਦਾ ਕਰੇ ਤੂੰ ਰਿਵਾਇਤ ਪੜੀ ਉਹ ਸੀ 40 ਕਬਰ ਅਲੀ ਅਮਜਦ ਬਣਾਈ ਏ ਹਸਨ ਜੁੱਤੀ ਤੇ ਹੱਥ ਰੱਖੇ ਮੈਂ ਬਿਸਮਿਲਾ ਕਰਾਂ ਸੈਦ ਏ ਤੇ ਰੋ ਕੇ ਆਦਾ ਕਾਇਨਾਤ ਚ ਪਹਿਲਾ ਜਨਾਜ਼ਾ ਏ ਜਿਹਦਾ ਐਲਾਨ ਕੋਈ ਨਹੀਂ ਹੋਇਆ
کائنات جو پہلا سید جو آنکھ روکے میں اگلی سطر چاکھاں کائنات جو پہلی مرن والی ہے جن دے قاتل دا نام ممبر تے چاہ نہیں سکدا چالی قبر علی بنائی حسن جوتی تے ہاتھ رکھے بابا ساڈی ماں ایک قبر چالی اونچا رو کے علی آدن بطول دفنائی نہیں میں مسلمان تو لکائی ہے او بھلا ہوئی او بھلا ہوئی آؤ بسم اللہ لمبر نہیں مسلے تے بہ کے ایک بیان لکھے میں شروعات بیان دی امجد کرے سا حسین دے نام تے ہر منہ چوہائے نکلے فضا تو شاہ جی کسے بی بی پوچھے فضا محمد دی تھی کتنا کھڑی ہے اے پہلی سطر اچ مسائے باندھے مسلے تے بہ کے بیان لکھے کتنا کھڑی ہے فضا سار دا ماتم کیتا ہے بی بی آدھی ہے میں پوچھے کھڑی کتنی ہے کہ تو رونی ہے فضا دیے کھڑی نہیں کھڑائی گئی ہے حسن حسین دی ماں کیڑا میں سنا وا دکھ بتول دا کھڑی رون دے کرلا کرلا محمد دی دھی دی مکانے اچھا رو او نا تھکنا لکھاؤں اکل مار کے فضا دیے کھڑی نہیں کھڑائی گئی ہے حسن حسین دی ماں نقیشہ حسین دے نام تے میں اجازت دے سید دادا جی میں روایت ہے میں پڑھا فضا تو بی بی پوچھدی کی ہو ہے فضا دی اس لکھیا منگیا محمد دی پیش کیتا فضا مڑ کی ہو ہے اونچا رو کے فضا دی لکھیا رسول دا پرز کرے درے حسین دے ناں تے ہویا کیا جی کرا رو کے فضا دیے لکھے رسول سامنے مانو مرے درے کیتا نا مسلمانا بن رسول دا حیا کے جی 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 سید دادا یا پڑا میں کو مان بننا ہے سید نے تو باندھی یہ مجلس سے میں بسم اللہ کرا ایک 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 لالت انتظار ہے کرمان جیڑا فضا دیے کدی پڑا کی ہویا ہے عقل مار کے آدھیے لکھے رسول دا پرز کرے درے تھی ادے او سامنے مان مرے درے جی مائی ہوا درانا جی مائی ہوا درانا جی او میں بسم اللہ کرا میں بسم اللہ کرا جی بسم اللہ کرا سیدہ دیکھ لفظ دیتا ہے وہ سے بیچ میں شیر پڑھ دا محمد دی ایک قبر شاہ جی دکھ لے کر گئی مسلمان نا دیئے مانا یا دی دیکھ لے رسیہ نا پا میرے گواہ تو سانا جھٹلا ہاتھ پکڑ جمان دا میں سطر پڑھا ہاتھ پھات جمان دا میں سطر پڑھا اے پھنی اوش خیرات اے اے محمد دی تو پھنی اوش جی بسم اللہ جی بسم اللہ کا حوصلہ حسین دے نام تے حوصلہ حوصلہ جی کرا جی سید جی کرا یا کھا بسم اللہ کرا عقل مار کے آ مانا یا ندا گل رسیا نہ پا میرے گواہ تو سا یار پکڑ حسین دے نام تے حسین دے نام تے حسین دے نام تے او میں بسم اللہ کرا او تم بہنا نے پاچ پا میں اچھا میں بسم اللہ کرا جی بسم اللہ کرا مانا یا میرے گواہ تو سانا جھٹلا وائیو ارمان آج ہو نہ کوئی میرا بھی پھرا ہون رننا ہے جی بسم اللہ کرا شاہ حضرت نے حسین دے نام تے سیدنا اٹھ کے ماتم کی تے کرنا ہے فضا دی گڈ سکی ہوئے جی سیدادا مولا
کوئی مر نہ بنے ہوں مرد مر بان فضا کی اگلی گل نہ پوچھ مدی نے آخا گل مار کیا دیے مان تھوڑا جا ماتم رل کے کریے محمد دید فضا مڑ کی ہوئے مدینے والے دروازے نگ لائیے ہوں مرد اتنے مروان اندر بدو لے باہر مدینے دے بدماش ہیں دروازے دھکا مارے ہوا کی ہے فضا دیے دروازہ سڑ چڑ گئی ہے اس دروازے اتوں فوج لگ گئی سدر واسے اتوں فوج لگ